ਵੀਰਪਾਲ ਤੁਹਾਨੂੰ ਹਦਾਇਤਾਂ ਜਾਰੀ ਕੀਤੀਆਂ, ਉਹ ਤੁੱਛ ਹੈ ਹਨਾ। ਸ਼ਾਇਦ ਆਪਣੇ ਲਈ ਘੁੰਮਣਾ ਫਿਰਨਾ ਇਹ ਬਾਹਲਾ ਵਧੀਆ, ਸ਼ਾਇਦ ਆਪਾਂ ਆਪਣੀ ਸਿਹਤ ਨੂੰ ਪਾਰਕ ਚ ਘੁੰਮ ਕੇ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ, ਪਰ ਉਸੇ ਸਿਹਤ ਦੀ ਖਾਤਰ ਇੱਕ ਦਿਨ ਰਾਤ 9 ਵਜੇ ਤੱਕ ਘਰ ਚ ਨਹੀਂ ਰਹਿ ਸਕਦੇ। ਸ਼ਾਇਦ ਤੁਸੀਂ ਆਉਣ ਵਾਲੇ ਭਵਿੱਖ ਨੂੰ ਉਹੀ ਸਮਝਦੇ ਹੋ ਕਿ ਐਂ ਹੈ। ਆਪਾਂ ਨੂੰ ਕੀ ਹੈ, ਇਟਲੀ ਚ ਮਰਦੇ ਪਏ, ਆਪਣੇ ਕਿਹੜਾ ਕੋਈ ਮਰਿਆ, ਆਪਾਂ ਹੀ ਸਮਝਦੇ ਹਾਂ। ਕਿਉਂ ਹੁਣ ਜ਼ਿਆਦਾ ਗਲੇ ਲਾ ਕੇ ਤੁਹਾਨੂੰ ਚੁੱਪ ਕਰਾ ਰਹੇ, ਹੁਣ ਬੱਚੇ ਹੈ ਡਰ ਰਿਹਾ ਨਾ, ਤੁਸੀਂ ਤਾਂ ਨੀ ਡਰ ਰਹੇ, ਇਹਨਾਂ ਨੂੰ ਬਾਹਰ ਨਹੀਂ ਆਉਣ ਤੋਂ ਪਹਿਲਾਂ ਜਿੱਦ ਕਰ ਰਿਹਾ ਸੀ, ਉਹ ਜਿੱਦ ਕਰ ਰਿਹਾ ਸੀ, ਤੁਹਾਨੂੰ ਤਾਂ ਪਤਾ ਸੀ ਨਾ ਵੀ ਬਾਹਰ ਕੀ ਚੱਲ ਰਿਹਾ, ਮਾਹੌਲ ਕੀ ਚੱਲ ਰਿਹਾ। ਸਰਦਾਰ ਜੀ ਝੰਜੋੜੋ ਆਪਣੇ ਆਪ ਨੂੰ, ਆਪਾਂ ਕਿੱਥੇ ਕਿਤੇ ਖੜੇ ਹਾਂ, ਤੁਸੀਂ ਜਾਂ ਮੈਂ ਬੁਲਟ ਪਰੂਫ ਨਹੀਂ ਹਾਂ ਵੀ ਆਪਾਂ ਨੂੰ ਕੁਝ ਨਹੀਂ ਹੋ ਸਕਦਾ। ਬੁਲਟ ਪਰੂਫ ਆਪਾਂ ਬੁਲਟ ਪਰੂਫ ਹੈ ਕਿ ਆਪਾਂ ਅਮਰ ਹੈਗੇ ਵੀ ਆਪਾਂ ਸਦਾ ਲਈ ਇੱਥੇ ਧਰਤੀ ਤੇ ਰਹਿਣਾ ਹੀ ਰਹਿਣਾ ਹੈਗਾ। ਦੱਸੋ ਮੈਨੂੰ ਜਵਾਬ ਦਿਓ, ਤੁਸੀਂ ਲੋਕ ਗੱਡੀ ਮੋਟਰਸਾਈਕਲ ਚੱਕੇ ਵੀ ਹੁਣ ਸ਼ਾਮ ਹੋ ਗਈ ਯਾਰ, ਸਾਰਾ ਦਿਨ ਹੋ ਗਿਆ ਘਰ ਚ ਬੈਠਿਆਂ ਨੂੰ ਵੀ ਆਪਾਂ ਹੁਣ ਘੁੰਮ ਫਿਰ ਕੇ ਆਈਏ, ਮਾਹੌਲ ਮਨ ਤਾਜ਼ਾ ਕਰਕੇ ਆਈਏ, ਹਨਾ। ਐਂ ਹੋਇਆ, ਐਂ ਹੈ, ਮੈਂ ਗਲਤ ਤਾਂ ਨਹੀਂ ਬੋਲ ਰਿਹਾ, ਮੈਂ ਗਲਤ ਤਾਂ ਨਹੀਂ ਬੋਲ ਰਿਹਾ। ਸ਼ਾਇਦ ਤੁਸੀਂ ਜਿਹੜੇ ਸਾਡੇ ਮੁਲਕ ਦੇ ਵਿੱਚ ਜੋ ਹੋ ਰਿਹਾ ਜਾਂ ਸੰਸਾਰ 'ਚ ਜੋ ਹੋ ਰਿਹਾ ਉਹਦੇ ਬਾਰੇ ਜਾਣਦੇ ਨਹੀਂ ਗੇ, ਹੈ ਨਾ। ਸ਼ਾਇਦ ਸਾਡੀ ਸਰਕਾਰ ਤੁਹਾਡੇ ਲਈ ਜੋ ਕੁਛ ਕਰ ਰਹੀ ਹੈ, ਜੋ ਹਦਾਇਤਾਂ ਦੇ ਰਹੀ ਹੈ, ਜੋ ਸਮਝਾ ਰਹੀ ਹੈ, ਸ਼ਾਇਦ ਉਹ ਤੁਹਾਨੂੰ ਸਮਝ ਨਹੀਂ ਆ ਰਹੀਆਂ। ਸ਼ਾਇਦ ਜਿਹੜੇ ਇਹ ਨੰਨੇ ਮੁੰਨੇ ਬੱਚੇ ਤੁਸੀਂ ਹੱਥਾਂ 'ਚ ਚੱਕੇ ਹੈ, ਵਹੀਕਲਾਂ 'ਤੇ ਬਿਠਾਏ ਹੈ, ਸ਼ਾਇਦ ਤੁਸੀਂ ਇਹਨਾਂ ਦੀ ਲਾਈਫ ਨਹੀਂ ਚਾਹੁੰਦੇ। ਸ਼ਾਇਦ ਤੁਹਾਡੇ ਲਈ ਪਾਰਕ ਜ਼ਿਆਦਾ ਜ਼ਰੂਰੀ ਹੈ ਆਪਦੀ ਜ਼ਿੰਦਗੀ ਨਾਲੋਂ। ਸ਼ਾਇਦ ਤੁਹਾਡੇ ਲਈ ਜੋ ਹੈਲਥ ਡਿਪਾਰਟਮੈਂਟ ਨੇ, ਸਾਡੀ ਸਰਕਾਰ ਨੇ ਵੀਰਪਾਲ ਤੁਹਾਨੂੰ ਹਦਾਇਤਾਂ ਜਾਰੀ ਕੀਤੀਆਂ, ਉਹ ਤੁੱਛ ਹੈ ਹਨਾ। ਸ਼ਾਇਦ ਆਪਣੇ ਲਈ ਘੁੰਮਣਾ ਫਿਰਨਾ ਇਹ ਬਾਹਲਾ ਵਧੀਆ ਹੈ, ਸ਼ਾਇਦ ਆਪਾਂ ਆਪਣੀ ਸਿਹਤ ਨੂੰ ਪਾਰਕ 'ਚ ਘੁੰਮ ਕੇ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ, ਪਰ ਉਸੇ ਸਿਹਤ ਦੀ ਖਾਤਰ ਇੱਕ ਦਿਨ ਰਾਤ 9 ਵਜੇ ਤੱਕ ਘਰ 'ਚ ਨਹੀਂ ਰਹਿ ਸਕਦੇ। ਸ਼ਾਇਦ ਤੁਸੀਂ ਆਉਣ ਵਾਲੇ ਭਵਿੱਖ ਨੂੰ ਉਹੀ ਸਮਝਦੇ ਹੋ ਕਿ ਐਂ ਹੈ। ਆਪਾਂ ਨੂੰ ਕੀ ਹੈ, ਇਟਲੀ 'ਚ ਮਰਦੇ ਪਏ, ਆਪਣੇ ਕਿਹੜਾ ਕੋਈ ਮਰਿਆ, ਆਪਾਂ ਹੀ ਸਮਝਦੇ ਹਾਂ। ਕਿਉਂ ਹੁਣ ਜ਼ਿਆਦਾ ਗਲੇ ਲਾ ਕੇ ਤੁਹਾਨੂੰ ਚੁੱਪ ਕਰਾ ਰਹੇ, ਹੁਣ ਬੱਚੇ ਹੈ ਡਰ ਰਿਹਾ ਨਾ, ਤੁਸੀਂ ਤਾਂ ਨਹੀਂ ਡਰੇ, ਇਹਨਾਂ ਨੂੰ ਬਾਹਰ ਨਹੀਂ ਆਉਣ ਤੋਂ ਪਹਿਲਾਂ ਜਿੱਦ ਕਰ ਰਿਹਾ ਸੀ, ਉਹ ਜਿੱਦ ਕਰ ਰਿਹਾ ਸੀ, ਤੁਹਾਨੂੰ ਤਾਂ ਪਤਾ ਸੀ ਨਾ ਵੀ ਬਾਹਰ ਕੀ ਚੱਲ ਰਿਹਾ ਮਾਹੌਲ, ਮੈਂ ਗਲਤ ਤਾਂ ਨਹੀਂ ਬੋਲ ਰਿਹਾ। ਅਸੀਂ ਲੋਕ ਮੇਰੇ ਵੱਲ ਧਿਆਨ ਦਿਓ ਸਰਦਾਰ ਜੀ, ਤੇ ਸਾਰੇ ਮੇਰੇ ਵੱਲ ਧਿਆਨ ਦਿਓ, ਅਸੀਂ ਲੋਕ ਇੱਕ ਦਿਨ ਦੀ ਛੁੱਟ ਨਹੀਂ ਕਰਦੇ, ਗੁੱਤ ਦਿਨ ਦੀ ਛੁੱਟ ਨਹੀਂ। ਵੀਰਪਾਲ ਅਸੀਂ ਜਦ ਆਪਣੇ ਘਰੇ ਗੱਲ ਕਰਦੇ ਹਾਂ, ਵੀਡੀਓ ਕਾਨਫਰੰਸ ਨਾਲ ਗੱਲ ਕਰਦੇ ਹਾਂ, ਆਪਦੇ ਜਵਾਕਾਂ ਦਾ ਮੂੰਹ ਦੇਖਣ ਦੀ ਖਾਤਰ, ਅਸੀਂ ਜਿੰਨੇ ਮੇਰੇ ਮੁਲਾਜ਼ਮ ਖੜੇ ਸਾਰੇ, ਇੱਕ ਦਿਨ ਦੀ ਛੁੱਟੀ ਨਹੀਂ ਸਾਨੂੰ ਮਿਲਦੀ, ਇੱਕ ਦਿਨ ਦੀ। ਜਿਸ ਦਿਨ ਇੱਕ ਦਿਨ ਦੀ ਛੁੱਟੀ ਮਿਲਦੀ ਨਾ, ਅਸੀਂ ਅਫਸਰਾਂ ਦਾ ਗੁਣਗਾਨ ਹੀ ਕਰੀ ਜਾਂਦੇ ਹਾਂ, ਬਹੁਤ ਵਧੀਆ ਅਫਸਰ ਹੈ ਸਾਡੇ ਘਰ ਦੇ, ਸਾਡੇ ਅਫਸਰਾਂ ਗੁਣਗਾਨ ਕਰੀ ਜਾਂਦੇ, ਕਿਉਂ, ਅਸੀਂ ਉਹ ਇੱਕ ਦਿਨ ਪੂਰਾ ਆਪਣੇ ਪਰਿਵਾਰ 'ਚ ਬਿਤਾਉਂਦੇ ਹਾਂ ਪੂਰਾ। ਅਤੇ ਤੁਹਾਨੂੰ ਤੁਹਾਡੀ ਸਿਹਤ ਦੀ ਖਾਤਰ, ਤੁਹਾਡੀ ਖਾਤਰ, ਤੁਹਾਡੀ ਜ਼ਿੰਦਗੀ ਬਚਾਉਣ ਦੀ ਖਾਤਰ ਪ੍ਰਸ਼ਾਸਨ ਨੇ, ਸਰਕਾਰ ਨੇ ਹੁਣ ਬੁਲਾਇਆ। Stop. Oi, no.
ਕਿਉਂ ਤੁਸੀਂ ਇਸ ਤਰ੍ਹਾਂ ਗਲਤੀ ਹੋ ਗਈ ਦੁੱਧ ਲੈਣਾ ਸੀ ਮੈਂ ਭਾਈ ਹਾਂ ਦੁੱਧ ਲੈਣਾ ਸੀ ਗਾਈ ਗਲਤੀ ਹੋ ਗਈ ਹਾਂ ਦੁੱਧ ਲੈਣਾ ਸੀ ਗਾਈ ਗਲਤੀ ਕਿਉਂ ਕਰਫਿਊ ਲੱਗਿਆ